ਤੇ ਭਾਰਤ ਦਾ ਮਿਸ਼ਨ ਚੰਦ ਤੋਂ ਪਾਰ ਚਲੋ ਚੰਦਰਯਾਨ 2 ਹੁਣ ਬਸ 3 ਕਦਮ ਦੂਰ ਹੈ ਚੰਦ ਤੇ ਪਹੁੰਚਣ ਲਈ। ਕੁਝ ਦਿਨ ਹੋਰ, ਕੁਝ ਪਲ ਹੋਰ ਤੇ ਭਾਰਤ ਦਾ ਝੰਡਾ ਉਸ ਤੋਂ ਬਾਅਦ ਚੰਦ ਤੇ ਲਹਿਰਾਏਗਾ। ਦੱਸਣਯੋਗ ਹੈ ਕਿ 22 ਜੁਲਾਈ ਇਸਰੋ ਨੇ ਸਫਲਤਾਪੂਰਵਕ ਚੰਦਰਯਾਨ 2 ਨੂੰ ਲਾਂਚ ਕੀਤਾ ਸੀ। ਚੰਦਰਯਾਨ 2 ਨੇ ਸੋਮਵਾਰ ਨੂੰ ਧਰਤੀ ਦੀ ਸ਼੍ਰੇਣੀ ਤੀਜੀ ਵਾਰ ਸਫਲਤਾਪੂਰਵਕ ਬਦਲੀ ਹੈ। ਇਸ ਦੇ ਨਾਲ ਹੀ ਚੰਦਰਯਾਨ 2 ਚੰਦਰਮਾ 'ਚ ਪਹੁੰਚਣ ਤੋਂ ਹੁਣ ਸਿਰਫ 3 ਕਦਮ ਦੂਰ ਰਹਿ ਗਿਆ। ਭਾਰਤੀ ਅੰਤਰਿਕਸ਼ ਸੰਸਥਾਨ ਯਾਨੀ ਕਿ ਇਸਰੋ ਨੇ ਟਵੀਟ ਕਰਕੇ ਕਿਹਾ ਕਿ ਤੀਜੀ ਵਾਰ ਸ਼੍ਰੇਣੀ ਬਦਲਣ ਨਾਲ ਹੀ ਹੁਣ ਸਾਡਾ ਚੰਦਰਯਾਨ ਚੰਦਰਮਾ ਤੋਂ ਹੁਣ 3 ਕਦਮ ਦੂਰ ਹੈ। ਚੰਦਰਯਾਨ 2 ਨੇ ਸੋਮਵਾਰ ਨੂੰ ਦੁਪਹਿਰ 3:12 ਤੇ ਤੀਜੀ ਵਾਰ ਸਫਲਤਾਪੂਰਨ ਸ਼੍ਰੇਣੀ ਬਦਲੀ। ਇਸ ਤੋਂ ਪਹਿਲਾਂ 24 ਜੁਲਾਈ ਨੂੰ ਦੁਪਹਿਰ 2:52 ਤੇ ਪਹਿਲੀ ਵਾਰ ਯਾਨ ਦੀ ਸ਼੍ਰੇਣੀ ਬਦਲੀ ਗਈ ਸੀ, ਜਦਕਿ 27 ਜੁਲਾਈ ਨੂੰ ਚੰਦਰਯਾਨ 2 ਦੀ ਸ਼੍ਰੇਣੀ ਦੂਜੀ ਵਾਰ ਬਦਲੀ ਗਈ ਸੀ। ਉਹਨਾਂ ਨੇ ਕਿਹਾ ਕਿ ਚੰਦਰਯਾਨ ਦੇ ਸਾਰੇ ਪੈਰਾਮੀਟਰ ਸਹੀ ਢੰਗ ਦੇ ਨਾਲ ਕੰਮ ਕਰ ਰਹੇ ਹਨ। ਚੰਦਰਯਾਨ 2 ਨੂੰ ਹੁਣ 2 ਅਗਸਤ ਨੂੰ ਦੁਪਹਿਰ 2 ਤੋਂ 3 ਵਜੇ ਦੇ ਵਿਚਾਲੇ ਚੌਥੀ ਵਾਰ ਆਪਣੀ ਸ਼੍ਰੇਣੀ ਬਦਲਣੀ ਹੈ। ਜ਼ਿਕਰਯੋਗ ਹੈ ਕਿ ਚੰਦਰਯਾਨ 2 22 ਜੁਲਾਈ ਨੂੰ ਦੁਪਹਿਰ 2:43 ਤੇ ਸ਼੍ਰੀਹਰੀਕੋਸ਼ਟਾ ਦੇ ਸਤੀਸ਼ ਪਵਨ ਅੰਤਰਿਕਸ਼ ਕੇਂਦਰ ਤੋਂ ਲਾਂਚ ਹੋਇਆ ਸੀ। ਲਾਂਚ ਦੇ 17 ਮਿੰਟ ਬਾਅਦ ਹੀ ਯਾਨ ਸਫਲਤਾਪੂਰਵਕ ਧਰਤੀ ਦੀ ਸ਼੍ਰੇਣੀ ਵਿੱਚ ਪਹੁੰਚ ਗਿਆ ਸੀ। ਚੰਦਰਯਾਨ 2 ਵਿੱਚ ਆਰਬਿਟਰ, ਲੈਂਡਰ ਅਤੇ ਰੋਵਰ ਸ਼ਾਮਲ ਹਨ, ਜੋ 48 ਦਿਨ ਵਿੱਚ 3,08,44 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਚੰਦ ਦੇ ਦੱਖਣੀ ਧਰੁਵ 'ਤੇ ਲਾਂਚ ਕਰਨਗੇ। ਇਸ ਦੇ ਨਾਲ ਹੀ ਭਾਰਤ ਚੰਦ ਦੇ ਦੱਖਣੀ ਧਰੁਵ 'ਤੇ ਯਾਨ ਉਤਾਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਚੰਦਰਯਾਨ 2 ਵਿੱਚ 13 ਭਾਰਤੀ ਪੇਲੋਡਸ ਹੈ, ਜੋ 8 ਆਰਬਿਟਰ, 3 ਲੈਂਡਰ ਅਤੇ 2 ਰੋਵਰ ਵਿੱਚ ਹਨ। ਚੰਦਰਯਾਨ 2 ਲਾਂਚ ਦੇ 3 ਹਫ਼ਤੇ ਬਾਅਦ 7 ਸਤੰਬਰ ਨੂੰ ਚੰਦ ਦੀ ਤਹਿ 'ਤੇ ਉਤਰੇਗਾ ਅਤੇ ਚੰਦ ਦੀ ਸ਼੍ਰੇਣੀ ਵਿੱਚ ਪਹੁੰਚਣ ਦੇ ਬਾਅਦ ਆਰਬਿਟਰ ਦੇ 1 ਸਾਲ ਕੰਮ ਕਰੇਗਾ। ਇਸਦਾ ਮੁੱਖ ਉਦੇਸ਼ ਧਰਤੀ ਅਤੇ ਲੈਂਡਰ ਦੇ ਵਿਚਾਲੇ ਕਮਿਊਨੀਕੇਸ਼ਨ ਕਰਨਾ। ਨਵੀਂ ਸਮਾਂ ਵਿਧੀ ਦੇ ਅਨੁਸਾਰ ਧਰਤੀ ਬੁੱਧ ਚਰਨ ਵਿੱਚ ਵਾਧਾ ਹੋਇਆ। ਇਹ 6 ਦਿਨ ਤੋਂ ਲੈ ਕੇ 23 ਦਿਨ ਹੋ ਗਈ ਹੈ, ਜੋ ਪਹਿਲਾਂ 17 ਦਿਨ ਸੀ। ਪੁਰਾਣੇ ਪ੍ਰੋਗਰਾਮ ਦੇ ਤਹਿਤ ਲੂਨਰ ਆਰਬਿਟ ਇਨਸਨਸ਼ਨ ਯਾਨੀ ਕਿ LOI 22ਵੇਂ ਦਿਨ ਹੋਣ ਵਾਲਾ ਸੀ, ਪਰ ਹੁਣ ਇਹ 30ਵੇਂ ਦਿਨ ਹੋਵੇਗਾ। ਲੂਨਰ ਬਾਉਂਡ ਫੇਸ, ਜਿਸ ਨੂੰ ਪਹਿਲਾਂ 28 ਦਿਨ ਵਿੱਚ ਹੋਣਾ ਸੀ, ਉਹ 13 ਦਿਨ ਵੱਧ ਕੇ 30 ਤੋਂ ਲੈ ਕੇ 42 ਦਿਨ ਵਿੱਚ ਹੋਵੇਗਾ। ਲੈਂਡਰ ਆਰਬਿਟਰ ਨੂੰ 43ਵੇਂ ਦਿਨ ਅਲੱਗ ਕੀਤਾ ਜਾਵੇਗਾ, ਜਦਕਿ ਡੀ ਬੂਸਟਿੰਗ ਦੀ ਸ਼ੁਰੂਆਤ 44ਵੇਂ ਦਿਨ ਕੀਤੀ ਜਾਵੇਗੀ। ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰਤ ਦਾ ਤਿਰੰਗਾ ਚੰਦ 'ਤੇ ਲਹਿਰਾਇਆ ਜਾਵੇਗਾ। ਬਿਊਰੋ ਰਿਪੋਰਟ, ਸਾਂਝਾ TV।